ਦਾ 12 ਤੋਂ 2 ਵਜੇ ਦਾ ਤਕਰੀਬ ਬੰਨ ਟੁੱਟਾ ਸੀ, ਆਰਜੀ ਬੰਨ ਲਾਏ ਸੀ ਆਪਣੀ ਜ਼ਮੀਨਾਂ ਗਾੜੀ, ਅਤੇ ਝੋਨੇ ਦੀ ਫਸਲ ਜਿਹੜੀ ਤੁਹਾਡੇ ਸਾਹਮਣੇ ਆ ਜਾਂ ਪੱਠੇ ਆ ਡੰਗਰਾਂ ਦਾ ਚਾਰਾ ਆ ਸਭ ਬਰਬਾਦ ਹੋ ਚੁੱਕਾ ਆ। ਅਤੇ ਹੁਣ ਸਾਡੀ ਤਾਂ ਮੰਗ ਇਹ ਆ ਵੀ ਪਹਿਲੀ ਗੱਲ ਤਾਂ ਜਿਹੜਾ ਪਾਣੀ ਹੈ ਇੱਥੋਂ ਦਾ ਸਾਰਾ ਇਹਨੂੰ ਰਿਲੀਜ਼ ਕੀਤਾ ਜਾਣਾ ਚਾਹੀਦਾ ਜਲਦ ਤੋਂ ਜਲਦ, ਤਾਂ ਕਿ ਮਾੜੀ ਮੋਟੀ ਜਿਹੜੀ ਫਸਲ ਆ ਉਹ ਸਾਡੀ ਬਚ ਜਾਏ, ਨਹੀਂ ਤਾਂ ਸਾਡਾ 25-30 ਹਜ਼ਾਰ ਪਰ ਏਕੜ ਜਿਹੜਾ ਵਾ ਉਹ ਖਰਚਾ ਸਾਡਾ ਇਸ ਟਾਈਮ ਹੋ ਚੁੱਕਿਆ ਆ। ਵੀ ਸਾਨੂੰ ਗਾਂਹ ਵੀ ਕਣਕ ਬੀਜਣ ਦੀ ਵੀ ਕੋਈ ਆਸ ਨਹੀਂ ਹੈਗੀ ਗੀ ਇਸ ਟਾਈਮ। ਤਕਰੀਬਨ ਕਹਿੰਦੇ 100 ਆ, ਬਟ 100 ਤੋਂ ਵੀ ਜ਼ਿਆਦਾ ਇੱਥੇ 250-300 ਏਕੜ ਜਿਹੜੀ ਜ਼ਮੀਨ ਆ ਸਾਰੀ ਟੋਟਲ ਇੱਕ ਪਿੰਡ ਦੀ ਜਿਹੜੀ ਜ਼ਮੀਨ ਉਹ, ਬਾਕੀ 5 ਪਿੰਡਾਂ ਦੀ ਹੋਰ ਜ਼ਮੀਨ ਖਰਾਬ ਹੋਈ ਆ ਜਿੱਥੋਂ ਬੰਨ ਤੁਸੀਂ ਬੰਨ ਛੋਟੇ ਛੋਟੇ ਟੁੱਟੇ ਆ ਜੀ, ਅਤੇ ਉਹ ਵੀ 1000 ਏਕੜ ਟੋਟਲ ਮਿਲਾ ਕੇ 1000 ਏਕੜ ਜ਼ਮੀਨ ਇਹ ਸਾਰੀ ਬਣਦੀ ਆ ਜੀ। ਨਹੀਂ ਜੀ, ਕੋਈ ਇਸ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਜੀ। ਅਸੀਂ ਤਾਂ ਚਲੋ ਆਪਣੇ ਜੋ ਰੈਗੂਲਰ ਕੋਈ ਇਸ ਟਾਈਮ ਇੱਥੇ ਸਾਡੇ ਕੋਲ ਮੌਕੇ 'ਤੇ ਕੋਈ ਨਹੀਂ ਇਸ ਟਾਈਮ ਪਹੁੰਚਿਆ ਜੀ। ਅਸੀਂ ਮੰਗ ਸਾਡੀ ਇਹ ਆ ਵੀ ਸਭ ਤੋਂ ਪਹਿਲਾਂ ਤਾਂ ਪਾਣੀ ਜੇ ਰਿਲੀਜ਼ ਹੁੰਦਾ ਜਲਦ ਤੋਂ ਜਲਦ ਕੀਤਾ ਜਾਵੇ, ਤਾਂ ਬਾਕੀ ਜੇ ਸਾਡੀ ਫਸਲ ਬਰਬਾਦ ਹੁੰਦੀ ਆ ਤਾਂ ਸਾਨੂੰ ਇਹਦਾ ਢੁੱਕਵਾਂ ਮੁਆਵਜ਼ਾ ਮਿਲਣਾ ਚਾਹੀਦਾ ਆ। ਤਾਂ ਬਾਕੀ ਸਾਡੇ ਡੰਗਰਾਂ ਦਾ ਚਾਰਾ ਤੁਸੀਂ ਦੇਖ ਸਕਦੇ ਆ ਸਭ ਖਰਾਬ ਹੋ ਚੁੱਕਿਆ। ਇਹ ਹਰ ਸਾਲ ਇਹੀ ਹਾਲ ਹੈ ਜੀ ਇੱਥੇ ਮੰਡ ਏਰੀਆ ਦਾ, ਇਹ ਇੱਦਾਂ ਫਸਲਾਂ ਮਰਦੀਆਂ ਜੀ ਹਰ ਸਾਲ। ਪਾਣੀ ਆਉਂਦਾ ਆ ਸਾਨੂੰ ਦੱਸਦੇ ਨਹੀਂ ਆ, ਕੋਈ ਸੂਚਿਤ ਨਹੀਂ ਕੀਤਾ ਜਾਂਦਾ, ਬਿਨਾਂ ਸੂਚਿਤ ਕੀਤੇ ਪਾਣੀ ਛੱਡ ਦਿੰਦੇ ਆ, ਤਾਂ ਬਾਕੀ ਸਾਡੀਆਂ ਫਸਲਾਂ ਇੱਦਾਂ ਮਰ ਜਾਂਦੀਆਂ ਨੇ। ਕੀ ਨਾਮ ਆ, ਕੀ ਕਹਿਣਾ ਚਾਹੁੰਦੇ? ਮੇਰਾ ਨਾਮ ਚਰਨਜੀਤ ਹੈ, ਚਰਨਜੀਤ ਸਿੰਘ ਆ ਜੀ, ਪਿੰਡ ਸਰਗੁੰਦਾਪੁਰ ਤੋਂ। ਸਾਡੇ ਕੁਛ ਇੱਥੇ ਜ਼ਮੀਨ ਠੇਕੇ 'ਤੇ ਵੀ ਲਈ ਹੋਈ ਆ, ਸਾਡੇ ਨਾਲ ਕਿਸਾਨ ਭਰਾ ਨੇ ਸਾਡੇ ਇਸ ਪਿੰਡ ਦੇ, ਅਤੇ ਸਾਡੇ ਮੈਂਬਰ ਸਾਹਿਬਾਨ ਨੇ, ਸਾਬਕਾ ਮੈਂਬਰ ਸਾਹਿਬਾਨ ਨੇ, ਇਹਨਾਂ ਦੀ ਜ਼ਮੀਨ ਦੇ ਵਿੱਚ ਰਾਤੀ 2-2:30 ਵਜੇ ਤੋਂ ਲੈ ਕੇ ਪਾਣੀ ਜਿਹੜਾ ਵਾ ਐਂਟਰ ਕਰ ਗਿਆ ਆਰਜੀ ਬੰਨ ਟੁੱਟ ਕੇ, ਪਰ ਹੁਣ ਤੀਕਰ ਸਾਨੂੰ ਅਜੇ ਤੀਕਰ ਕੋਈ ਰਾਹਤ ਨਹੀਂ ਇਸ ਤਰ੍ਹਾਂ ਦੀ ਤੁਹਾਨੂੰ ਨਜ਼ਰ ਆਈ। ਕਿੰਨਾ ਨੁਕਸਾਨ ਹੋਇਆ ਤੁਹਾਡਾ? ਨੁਕਸਾਨ ਇੱਥੇ ਸਰਦੁੱਲਾਪੁਰ ਦਾ 100 ਦੇ ਕਰੀਬ ਏਕੜ, ਯਾਨੀ ਕਿ 100-125 ਏਕੜ ਦੇ ਕਰੀਬ, ਯਾਨੀ ਕਿ ਜਿਹਦੇ ਵਿੱਚ ਪਾਣੀ ਫਿਰ ਚੁੱਕਾ ਵਾ ਹੁਣ ਜ਼ਮੀਨ 'ਚ। ਸੁਲਤਾਨਪੁਰ ਲੋਧੀ ਹਲਕੇ ਦੇ 5-6 ਬੰਨ ਟੁੱਟੇ ਆ। ਹਾਂਜੀ, ਉਹ ਪਿਛਲੇ ਬੰਨੇ ਹੈਗੇ ਆ ਜੀ ਬਾਊਪੁਰ ਅਤੇ ਉਹ ਬਾਊਪੁਰ ਦਾ ਜੋ ਪੁਲ ਆ ਨਾ ਮੇਨ, ਪਥਨਾ ਪਥਨ ਕਦੀਮ ਜਿਹਨੂੰ ਕਹਿੰਦੇ ਨੇ, ਲੱਖ ਵਾਰਿਆਂ ਦੇ ਸਾਹਮਣੇ ਉੱਧਰ ਕੁਝ ਨੁਕਸਾਨ ਹੋਇਆ। ਹਾਂਜੀ, ਉੱਥੇ ਵੀ ਪਾਣੀ ਹੁਣ ਇੱਦਾਂ ਹੀ ਖੜਾ ਜੀ ਜਿੱਦਾਂ ਇੱਥੇ ਆ ਜੀ। ਜਦੋਂ 1 ਏਕੜ ਬੀਜਦੇ ਹੋ ਤੁਸੀਂ, ਝੋਨਾ ਲਾਉਂਦੇ ਹੋ, ਕਿੰਨੀ ਕੁ ਤੁਹਾਡੀ ਲਵਾਈ ਸੀ? ਸਰ ਲਵਾਈ 5-7 ਹਜ਼ਾਰ ਰੁਪਇਆ ਲਵਾਈ ਆ, ਬਾਕੀ ਹੋਰ ਸਾਰੀ ਜਾਣੀ ਫਸਲ ਤਾਂ ਪਲੀ ਪਈ, ਹੁਣ ਵੱਢਣੀ ਸੀ ਜੀ 1 ਮਹੀਨੇ ਤੀਕਰ, ਅਸੀਂ 25-30 ਹਜ਼ਾਰ ਰੁਪਇਆ ਖਰਚਾ ਕਿੱਲੇ ਦਾ ਆ ਚੁੱਕਾ ਜੀ। ਮੰਗ ਕੀ ਆ ਪ੍ਰਸ਼ਾਸਨ ਤੋਂ? ਮੰਗ ਕਰਦੇ ਹਾਂ, ਪਹਿਲੀ ਗੱਲ ਤਾਂ ਸਭ ਤੋਂ ਪਹਿਲਾਂ ਪਾਣੀ ਰਿਲੀਜ਼ ਕਰਾਇਆ ਜਾਏ, 1-2 ਦਿਨ 'ਚ ਪਾਣੀ ਰਿਲੀਜ਼ ਹੋਏਗਾ ਕੁਛ ਸਾਡੀ ਫਸਲ ਬਚ ਸਕਦੀ ਆ, ਜੇ ਨਾ ਰਿਲੀਜ਼ ਹੋਇਆ ਤਾਂ ਫਿਰ ਸਾਡੀ ਫਸਲ ਖਰਾਬ ਆ ਜੀ। ਬਾਊਪੁਰ ਸਾਹਿਬ ਲਗਾਤਾਰ ਮੀਂਹ ਪੈ ਰਿਹਾ ਵਾ ਅਤੇ ਪਾਣੀ ਬਹੁਤ ਭਰਿਆ ਆ, ਕੀ ਕਹਿਣਾ ਚਾਹੁੰਦੇ ਮੰਡ ਲੋਕੀ, ਕੀ ਸਥਿਤੀ ਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਰਵਣ ਸਿੰਘ, ਬਾਊਪੁਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੀ। ਸਾਨੂੰ ਬਹੁਤ ਫੋਨ ਕੱਲ੍ਹ ਦੇ ਆਉਣ ਡਿਆ ਇਲਾਕੇ ਦੇ ਭਰ 'ਚੋਂ, ਕਿਉਂਕਿ ਅਸੀਂ ਇਲਾਕੇ ਦੇ ਵੀਰਾਂ ਦੇ ਨਾਲ ਸੰਪਰਕ 'ਚ ਹਰ ਵੇਲੇ ਰਹਿੰਦੇ ਹਾਂ, ਜੋ ਪਿਛਵਾਲੀ ਸਾਈਡ ਵੱਲੋਂ ਬਹੁਤ ਝੋਨਿਆਂ 'ਚ ਪਾਣੀ ਏਰੀਏ 'ਚ ਪਿਆ ਥੱਲੇ ਨਾਲ ਨਾਲ, ਇਸੇ ਤਰ੍ਹਾਂ ਤਲਵੰਡੀ ਮੰਡ ਦੇ ਨਾਲ ਨਾਲ ਬੰਨ ਦੇ ਬਹੁਤ ਪਾਣੀ ਦਾ ਨੁਕਸਾਨ ਹੋਇਆ, ਜਿਸ ਤਰ੍ਹਾਂ ਪਿੰਡ ਮਹੀਂਵਾਲ ਦੇ ਨਾਲ ਨਾਲ ਬਹੁਤ ਪਾਣੀ ਭਰਿਆ, ਮਹੀਂਵਾਲ ਤੋਂ ਅਗਲੇ ਬਣੇ ਲਗਭਗ ਬਹੁਤ ਭਾਰੀ ਨੁਕਸਾਨ, 100 ਏਕੜ ਫਸਲ ਜਿਹੜੀ ਉਹ ਪਾਣੀ ਦੇ ਵਿੱਚ ਵਹਿ ਰਹੀ ਆ। ਅਤੇ ਅਸੀਂ ਕੀ ਕਹਿੰਦੇ ਕਿ ਸਰਕਾਰ ਜਿਹੜੀ ਆ ਉਹ ਚੁਕੰਨੀ ਹੋਵੇ, ਕੰਟਰੋਲ ਕਰੇ। ਸਭ ਤੋਂ ਵੱਡੀ ਗੱਲ, ਪਿਛੇ 2 ਦਿਨ ਤਾਂ ਇਹੋ ਚੱਲਦਾ ਰਿਹਾ ਵੀ ਹਰੀਕੇ ਹੈੱਡ ਵਰਕਸ ਤੋਂ ਪਾਣੀ ਬਹੁਤ ਘੱਟ ਜਾ ਰਿਹਾ, ਕਿਉਂਕਿ ਅਗਲੇ ਬਣੇ ਪਹਿਲਾਂ ਉਹਨਾਂ ਨੇ ਉਤਲਾ ਏਰੀਆ ਡੁੱਬ ਦੇਣਾ, ਅਤੇ ਮੁੜ ਕੇ ਜਦੋਂ ਜ਼ਿਆਦਾ ਪਾਣੀ ਹੋ ਗਿਆ ਫਿਰ ਅਗਲਾ ਏਰੀਆ ਡੁੱਬ ਦੇਣਾ। ਕਿੰਨੇ ਕੁ ਪਿੰਡਾਂ ਦੀ ਜਿਹੜੀ ਫਸਲ ਪ੍ਰਭਾਵਿਤ? ਇੱਥੇ ਘੱਟੋ ਘੱਟ 10-12 ਪਿੰਡਾਂ ਦੀ ਫਸਲ ਜਿਹੜੀ ਆ ਉਹ ਨੁਕਸਾਨੀ ਗਈ ਆ, ਕਿਉਂਕਿ ਜੇ ਤਾਂ ਪਾਣੀ ਲੈ ਜੇ ਤਾਂ ਝੋਨਾ ਬਚਦਾ ਬਚਦਾ ਬਚ ਜਾਂਦਾ, ਪਰ ਹਲਦੀ ਘੜੀ ਝੋਨੇ ਡੁੱਬੇ ਪਏ ਆ, ਝੋਨੇ ਕੋਈ ਰਾਹਤ ਨਹੀਂ ਦਿਖਣ ਡਈ। ਪਿੱਛੋਂ ਜਿਹੜਾ ਪੌਂਕ ਡੈਮ ਆ ਉਹ ਮੁੜ ਮੁੜ ਕੇ ਖਬਰਾਂ ਦੇਈ ਜਾਂਦੇ ਵੀ ਪਾਣੀ ਛੱਡ ਸਕਦੇ ਆ, ਪਾਣੀ ਛੱਡ ਸਕਦੇ ਆ, ਅਤੇ ਜੇ ਉਹ ਪਾਣੀ ਛੱਡਿਆ ਜਾਂਦਾ ਤਾਂ ਹੋਰ ਇਲਾਕੇ ਦੇ ਵਿੱਚ ਬਹੁਤ ਭਾਰੀ ਤਬਾਹੀ ਮਚੂਗੀ। ਕਿਹੜੇ ਕਿਹੜੇ ਪਿੰਡ ਵਾ ਪ੍ਰਭਾਵਿਤ ਹੋਏ ਆ? ਵੇਖੋ ਜੀ, ਮਮਦਾਬਾਦ ਅੱਧਾ, ਆਲਮ ਖਾਂ ਵਾਲਾ, ਪਰਲੇ ਬੰਨੇ ਮੰਡ ਪ੍ਰਤਾਪਪੁਰ, ਇਸੇ ਤਰ੍ਹਾਂ ਮੰਡ ਮਹੀਂਵਾਲ, ਇਸੇ ਤਰ੍ਹਾਂ ਮੰਡ ਸ਼ੇਰਪੁਰ ਡੋਗਰਾ, ਇਸੇ ਤਰ੍ਹਾਂ ਥੱਲੇ ਮੰਡ ਬੰਦੂਵਾਲਾ, ਇਸੇ ਤਰ੍ਹਾਂ ਗਾਂ ਸਿੱਲਿਆਂ ਦੇ ਨਾਲ ਨਾਲ ਪਾਣੀ ਆ, ਇਸੇ ਤਰ੍ਹਾਂ ਗਾਂ ਆਹਲੀਆਂ ਬਾਕਰ ਕੇ ਜਿਹੜਾ ਅਗਲਾ ਏਰੀਆ, ਉਹ ਸਾਰੇ ਏਰੀਆ 'ਚ ਪਾਣੀ ਆ, ਕਿਉਂਕਿ ਆਹ ਏਰੀਆ ਥੋੜ੍ਹੀ ਜਿਹੀ ਟੁਕੜੀ ਬਚੀ ਆ ਵਿੱਚ ਉੱਚੀ ਕਰਕੇ, ਬਾਕੀ ਜੇ ਪਾਣੀ ਵਧਿਆ ਤਾਂ ਇਹ ਟੁਕੜੀ ਦੇ ਵੀ ਨੁਕਸਾਨ ਹੋ ਸਕਦਾ, ਪਰ ਅਸੀਂ ਹੈੱਡ ਵਰਕ ਹਰੀਕਿਆਂ ਨੂੰ ਆਉਂਦੇ ਹਾਂ ਵੀ ਨਾਲੋਂ ਨਾਲ ਪਾਣੀ ਨੂੰ ਗਾਂ ਕ੍ਰਾਸ ਕਰੀ ਜਾਓ, ਕਿਉਂਕਿ ਗਾੜਲੇ ਲੋਕ ਵੀ ਨਾ ਮਰਨ ਅਤੇ ਮਗਰਲੇ ਵੀ ਬਚ ਜਾਣ। ਜਿਹੜਾ ਪਿੱਛੋਂ ਪਾਣੀ ਆਉਣਾ ਉਹਦੇ 'ਤੇ ਸਰਕਾਰ ਪੂਰਾ ਧਿਆਨ ਦੇਵੇ। ਕਿੰਨੀ ਕੁ ਫਸਲ ਖਰਾਬ ਹੋਣ? ਫਸਲ ਵੇਖੋ ਜੀ, ਹਲਦੀ ਘੜੀ ਕੋਈ ਆਪਣੇ ਕੋਲ ਪੂਰਾ ਅੰਕੜਾ ਨਹੀਂ ਗਾ, ਕੋਈ 5-7 ਹਜ਼ਾਰ ਏਕੜ ਜ਼ਮੀਨ 'ਤੇ ਆਪਾਂ ਨੂੰ ਜਾਪਦੇ ਵੀ, ਕਿਉਂਕਿ ਖੁੱਲ੍ਹਾ ਏਰੀਆ ਆਪਾਂ ਵੇਖੀਏ ਵੀ 6 ਕਿਲੋਮੀਟਰ ਦੀ ਚੜ੍ਹਾਈ ਆ, 12-14 ਕਿਲੋਮੀਟਰ ਲੰਮਾ,
खुला एरिया का आपां पूरा अंकड़ा नहीं जला सकते। आरजी बन भी टुटे, हाँ आरजी वटा टुटिया, जिस तरह पथना दे नालों एक वट टुटी आ पिंड पथन कदीम लख वरियां दे लागों, उतों एक वट तगड़ी मजबूत बधी वो टुट गई आ। इस तरह मंड महीवाल लागों एक वट टुट गए, गां अगले बने शेरपुर डोगर वाले बने वो टुट के पानी बन दे नाल लगा पिया। इस तरह एक वट खतरे गांह पिंड बाजे लागे आ, जिहड़ा गोंदवालों आपां उरे नूं आउंदे आ